ਰਹਿਮਤ ਦਾ ਮੀਂਹ ਵਰਸਾ
ਸੋ ਜਿਹਨੂੰ ਜਿਹਨੂੰ ਚੰਗਾ ਲੱਗਿਆ ਸਮਝ, ਇੱਕ ਵਾਰੀ ਜ਼ੋਰ ਦੀ ਤਾੜੀ ਮਾਰੋ, ਕਿਉਂਕਿ ਹਿੰਦੂ ਮੁਸਲਿਮ ਸਿੱਖ ਈਸਾਈ ਇਹ ਤਾਂ ਮੈਂ ਬਾਅਦ ਚੋਂ ਹਾਂ, ਪਹਿਲਾਂ ਇਨਸਾਨ ਆ। ਸੋ ਇਹ ਅੱਜ ਇੱਕ ਇਨਸਾਨੀਅਤ ਹੈ ਜੋ ਸਾਰੀ ਅੱਜ ਇਕੱਠੀ ਬੈਠੀ ਹੈ ਮਹਾਮਾਈ ਦੇ ਚਰਨਾਂ ਦੇ ਵਿੱਚ। ਮਹਾਮਾਈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਸੋ ਮੇਰੇ ਮਾਮਾ ਸ਼੍ਰੀ ਬਾਬਾ ਜੀ ਪੰਗਾ ਜੀ, ਜੋ ਕਿ ਪੀਰਾਂ ਦੀ ਸੇਵਾ ਕਰਦੇ ਆ, ਮੈਨੂੰ ਹੁਕਮ ਹੋਇਆ ਕਿ ਇੱਕ ਪੀਰਾਂ ਦਾ ਭਜਨ ਲਾ ਲਓ, ਨਹੀਂ ਤਾਂ ਮੈਡਮ ਸਵੀਟੀ ਜੀ ਨੇ ਬਹੁਤ ਵਧੀਆ ਤੁਹਾਨੂੰ ਨਚਾ ਨਚਾ ਕੇ ਰੰਗ ਬੰਨਿਆ ਹੋਇਆ ਸੀ। ਇੱਕ ਵਾਰੀ ਇਹਨਾਂ ਲਈ ਵੀ ਤਾੜੀਆਂ ਲਾ ਦਿਓ ਜੀ, ਮੈਡਮ ਸਵੀਟੀ ਕੱਕੜ ਜੀ। ਮੈਂ ਤਾਂ ਬਹੁਤ ਛੋਟਾ ਜਿਹਾ ਸੀਗਾ ਜਦੋਂ ਇਹਨਾਂ ਨਾਲ ਕੋਰਸ ਤੇ ਜਾਇਆ ਕਰਦਾ ਸੀ, ਬੈਕ ਬੈਕ ਮੈਨੂੰ ਤਾਂ ਉਹ ਗੱਲ ਟਾਈਮ ਵੀ ਨਹੀਂ ਯਾਦ, ਪੁਰਾਣੀਆਂ ਗੱਲਾਂ ਹੋ ਗਈਆਂ। ਕਿੰਨੇ ਸਾਲ ਹੋ ਗਏ ਹੁਣ? 18 ਸਾਲ ਪਹਿਲਾਂ ਦੀ ਪੁਰਾਣੀ ਗੱਲ। ਮੈਂ ਥੋੜਾ ਹੋ ਗਿਆ ਉਵੇਂ ਹੀ ਪਏ ਨੇ। ਸੋ ਇੱਕ ਵਾਰੀ ਤਾੜੀਆਂ ਮਾਰਦਾ, ਚਲੋ ਇਹ ਖਾਣ ਪੀਣ ਦਾ ਤੇ ਥੋੜਾ ਅਸੀਂ ਪ੍ਰੋਗਰਾਮਾਂ ਚ ਰਹਿੰਦੇ ਹਾਂ ਨਾ, ਤਾਂ ਉਦਾਂ ਤੇ ਮੈਨੂੰ ਹੁਕਮ ਹੋਇਆ ਕਿ ਲਾਲਾ ਵਾਲੇ ਪੀਰ ਦੀ ਇੱਕ ਵੰਦਨਾ ਪਕੜਨੀ ਹੈ, ਉਦੋਂ ਬਾਅਦ ਮਾਂ ਕਾਲਕਾ ਜੀ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਮੈਡਮ ਲੱਗਣਗੇ ਕਿ ਝਾਂਕੀ ਬਿਲਕੁਲ ਤਿਆਰ ਹੈ, ਕਿਉਂਕਿ ਉਹਨਾਂ ਨੇ ਮੇਕਅਪ ਕੀਤਾ ਹੋਇਆ। ਆਪਾਂ ਸਾਰੀ ਰਾਤ ਨੱਚ ਕੇ ਹਾਜ਼ਰੀ ਲਾਉਣੀ ਹੈ ਤੇ ਮੇਰੇ ਉਸਤਾਦ ਜੀ ਸਰਦਾਰ ਜਗਜੀਤ ਸਿੰਘ ਜੀ ਤੇ ਸਾਡੀ ਬੇਟੀ ਹੈ ਪਿਆਰੀ ਬੇਟੀ ਲਵਪ੍ਰੀਤ ਗਰੋਹਾ। ਸੋ ਇਹਨਾਂ ਨੇ ਵੀ ਹਾਜ਼ਰੀ ਲਾਉਣੀ ਹੈ, ਅਰਸ਼ ਹੈ ਮੁੰਡਾ ਉਹਨੇ ਵੀ ਹਾਜ਼ਰੀ ਲਾਉਣੀ ਹੈ, ਇੱਕ ਨਾਲ ਮੁੰਡਾ ਲਵਲੀ ਹੈ ਇਹਨਾਂ ਨੇ ਵੀ ਹਾਜ਼ਰੀ ਲਾਉਣੀ ਹੈ, ਸਾਰੇ ਹਾਜ਼ਰੀਆਂ ਲਾਉਣਗੇ, ਦੋ ਦੋ ਹਾਜ਼ਰੀਆਂ। ਇਹ ਸਾਡੀ ਟੀਮ ਹੈ, ਜਿੰਨਾ ਕੁ ਸਿੱਖ ਰਹੇ ਹਾਂ ਜੀ ਉਹਨਾਂ ਕੁ ਅੱਗੇ ਅੱਗੇ ਵੰਡ ਰਹੇ ਹਾਂ, ਸਿਖਾ ਰਹੇ ਹਾਂ। ਬਾਬੇ ਬੱਗਾ ਜੀ ਨੂੰ ਮੈਂ ਵੀ ਸੁਣਾਉਂਗੀ, ਮੇਰੀ ਪੀਰਾਂ ਵਾਲੀ ਬੁੱਕ ਜਿਹੜੀ ਆ ਘਰੇ ਪਈ ਹੈ। ਅੱਛਾ ਜੀ, ਠੀਕ ਹੈ, ਸੋਚੋ ਕਿ ਮੈਨੂੰ ਆਉਂਦੇ ਨਹੀਂ। ਹਾਂਜੀ, ਮਰਜ਼ੀ ਵਾਲੋ। ਨਹੀਂ, ਆਪਾਂ ਸਾਰੀ ਰਾਤ ਆਪਾਂ ਤੜਕੀ 6 ਵਜੇ ਤੱਕ ਇੱਥੇ ਪਾਦੇ ਕੋਟਲੇ ਵਾਲੀ ਸਰਕਾਰ, ਪਾਦੇ ਲਾਲਾ ਵਾਲੀ ਸਰਕਾਰ, ਉਹ ਪੰਗਾ ਇਸ਼ਕ ਦੀਆਂ। ਹੁਣ ਕਹਿਣਾ ਨੀ ਤੁਸੀਂ ਇਹਨਾਂ ਨਾਲ ਵੀ ਹਾਜ਼ਰੀ ਲਈ ਹੈ ਤੇ ਤੁਸੀਂ ਮੇਰੇ ਨਾਲ ਵੀ ਹਾਜ਼ਰੀ ਲਾਉਣੀ ਹੈ। ਪਹਿਲੀ ਬੇਟਾ ਜੀ ਭੰਗੜਾ ਬੇਟੀ ਕਿਆ ਪਹਿਲੀ ਪਦ ਕੋਟਲੇ ਵਾਲੀ ਸਰਕਾਰ, ਪਦ ਲਾਲਾ ਵਾਲੀ ਸਰਕਾਰ, ਉਹ ਪੰਗਾ ਇਸ਼ਕ ਦੀਆਂ। ਸਰਕਾਰ
ਕਰਨਾ ਚਾਹੁੰਦੇ ਹਾਂ ਆਪਣੀ ਬਿਜ਼ਨਸ ਨੂੰ ਪ੍ਰਮੋਟ ਕਰਵਾਉਣਾ ਚਾਹੁੰਦੇ ਹੋ ਐਡਵਰਟਾਈਜ਼ਮੈਂਟ ਤਾਂ ਸਾਡੇ ਨੰਬਰਾਂ 'ਤੇ ਸੰਪਰਕ ਕਰੋ।